ਤੁਹਾਡੇ ਇੰਟਰਟੇਨਮੈਂਟ ਦੇ ਵਾਸਤੇ ਹੋਰ ਬਹੁਤ ਕੁਝ ਤੇ ਅੱਜ ਕੱਲ ਸਮਰਸ ਦੇ ਵਿੱਚ ਹੋਰ ਆਊਟਡੋਰ ਇਵੈਂਟਸ ਵੀ ਬਹੁਤ ਹੁੰਦੇ ਹਨ ਤੇ ਜਿਹੜਾ ਇਸ ਵੀਕਐਂਡ ਤੇ ਇਵੈਂਟ ਹੋਣਾ ਹੈ ਉਸ ਦੀ ਜਾਣਕਾਰੀ ਹੁਣ ਤੁਹਾਨੂੰ ਦਿੱਤੀ ਜਾਣੀ ਹੈ। ਤੇਜੀ ਸੰਧੂ ਕਿਸੇ ਵੀ ਜਾਣਕਾਰੀ ਦੇ ਮੁਤਾਜ ਨਹੀਂ ਹਨ, ਬੜੇ ਸੁਰੀਲੇ ਕਲਾਕਾਰ ਹਨ, ਪੰਜਾਬ ਦਾ ਮਾਣ ਹਨ ਔਰ ਬੰਬੇ ਫਿਲਮ ਇੰਡਸਟਰੀ ਦੇ ਵਿੱਚ ਵੀ ਇਹਨਾਂ ਦਾ ਨਾਂ ਹੈ। ਬੰਬੇ ਦੇ ਵਿੱਚ ਜਾਂਦੇ ਆਉਂਦੇ ਰਹਿੰਦੇ ਹਨ, ਉੱਥੇ ਇਹਨਾਂ ਦੇ ਕੌਂਸਰਟ ਹੁੰਦੇ ਰਹਿੰਦੇ ਹਨ ਤੇ ਇੱਥੇ ਵੀ ਆਉਂਦੇ ਰਹਿੰਦੇ ਹਨ ਕਿਉਂਕਿ ਇੱਥੇ ਵੀ ਇਹਨਾਂ ਦੇ ਫੈਨਸ ਬਹੁਤ ਹਨ ਤੇ ਵਿਨੇ ਕੁਮਾਰ ਹੁਣੀ ਇਹਨਾਂ ਦੇ ਕੋਈ ਨਾ ਕੋਈ ਪ੍ਰਬੰਧ ਕਰ ਲੈਂਦੇ ਹਨ ਕੋਈ ਨਾ ਕੋਈ ਤਾਂ ਕਿ ਸਾਡੇ ਸੁਣਨ ਵਾਲੇ ਇਹਨਾਂ ਦੀ ਕਲਾ ਦਾ ਆਨੰਦ ਮਾਣ ਸਕਣ। ਇਸ ਵਾਰ ਤਰਨਜੀਤ ਸਿੰਘ ਤੇ ਵਿਨੇ ਕੁਮਾਰ ਹੁਣੀ ਜਿਹੜਾ ਪ੍ਰਬੰਧ ਕੀਤਾ ਹੈ ਇਸ ਲਾਈਵ ਸ਼ੋਅ ਦਾ ਉਸਦੀ ਆਪਾਂ ਜਾਣਕਾਰੀ ਲਵਾਂਗੇ। ਖੁਦ ਤੇਜੀ ਸੰਧੂ ਹੁਣੀ ਸਟੂਡੀਓ ਦੇ ਵਿੱਚ ਪਹੁੰਚੇ ਹਨ, ਆਓ ਉਹਨਾਂ ਦਾ ਸਵਾਗਤ ਕਰੀਏ। ਤੇਜੀ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਰ ਪੰਜਾਬ ਦੇ ਵਿੱਚ। ਥੈਂਕ ਯੂ ਸੋ ਮਚ ਅਟਵਾਲ ਸਾਹਿਬ ਔਰ ਸਾਰੇ ਲਿਸਨਰਸ ਨੂੰ, ਸਾਰੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਜੀ। ਬਾਕੀ ਤੁਸੀਂ ਸਮੇਂ ਸਮੇਂ ਤੇ ਆ ਕੇ ਜਿਹੜਾ ਐਂਟਰਟੇਨ ਕਰਦੇ ਰਹਿੰਦੇ ਹੋ, ਆਪਣੀ ਕਲਾ ਦੇ ਨਾਲ ਨਿਹਾਲ ਕਰਦੇ ਹੋ, ਇਸ ਵੀਕਐਂਡ ਦੇ ਪ੍ਰੋਗਰਾਮ ਬਾਰੇ ਦੱਸੋ ਜੀ। ਜੀ ਬਹੁਤ ਵਧੀਆ ਇਵੈਂਟ ਹੈ, ਫੈਮਿਲੀ ਫੰਕਸ਼ਨ ਹੈ ਸਾਡੇ। ਜਿੰਨੇ ਵੀ ਮੇਰੇ ਯਾਰ ਦੋਸਤ ਮਿੱਤਰ ਜਿਹੜੇ ਮੈਨੂੰ ਪਰਸਨਲੀ ਵੀ ਪਿਆਰ ਕਰਦੇ ਆ, ਕਈਆਂ ਦੇ ਮੇਰੇ ਕੋਲ ਨੰਬਰ ਨਹੀਂ ਵੀ ਹੈ, ਮੈਂ ਉਹਨਾਂ ਨੂੰ ਵੀ ਇਨਵੀਟੇਸ਼ਨ ਦੇ ਰਿਹਾ ਔਰ ਓਪਨ ਇੰਟਰੀ ਦੇ ਵਿੱਚ ਸ਼ੋਅ ਦੇ ਵਿੱਚ ਜੀ। ਸੋ ਅਸੀਂ ਜਿੰਨੇ ਵੀ ਮੇਰੇ ਦੋਸਤ ਮੇਰੇ ਚਾਹਣ ਵਾਲੇ ਉਹਨਾਂ ਨੇ ਇੱਕ ਮੇਰੇ ਨਾਲ ਮੇਰੇ ਨਾਮ ਹੇਠ ਤੀਜੀ ਸੰਧੂ ਲਾਈਵ ਇੱਕ ਨਾਈਟ ਰੱਖੀ ਹੈ। ਸੋ ਉਹਦੇ ਵਿੱਚ ਆਪਾਂ ਇੰਜੋਏ ਕਰਾਂਗੇ, ਉਹਦੇ ਵਿੱਚ ਫੈਮਿਲੀ ਸੌਂਗ ਹੋਣਗੇ, ਉਹਦੇ ਵਿੱਚ ਡਾਂਸਿੰਗ ਸੌਂਗ ਹੋਣਗੇ, ਉਹਦੇ ਵਿੱਚ ਹਿੰਦੀ ਹਰ ਤਰ੍ਹਾਂ ਦੀ ਬਣ ਗਈ ਉਸ ਸ਼ੋਅ ਦੇ ਵਿੱਚ। ਹਾਂਜੀ ਹਾਂਜੀ। ਤੇ ਕਿੱਥੇ ਹੋ ਰਿਹਾ ਤੇ ਕਦੋਂ ਹੋ ਰਿਹਾ ਇਹ ਜੀ? 25 ਤਰੀਕ ਨੂੰ ਸੰਡੇ ਨੂੰ ਹੋ ਰਿਹਾ, ਪਿੰਚ ਆਫ ਸਪਾਈਸ ਇਹਦਾ ਵੈਨਿਊ ਹੈ ਜਿੱਥੇ ਆਪਾਂ ਕਰ ਰਹੇ ਹਾਂ ਔਰ 7 ਵਜੇ ਸ਼ਾਮੀ ਹੋਏ ਪਿੰਚ ਆਫ ਸਪਾਈਸ ਸਕਾਟ ਰੋਡ ਤੇ। ਹਾਂਜੀ ਹਾਂਜੀ ਜੀ ਜੀ ਜੀ। ਸੋ ਉੱਥੇ ਸ਼ਾਮ ਨੂੰ ਹੋ ਰਿਹਾ ਜੀ, ਐਤਵਾਰ ਦੀ ਸ਼ਾਮ ਨੂੰ। ਹਾਂਜੀ। ਤੇ ਰੌਣਕਾਂ ਲੱਗਣਗੀਆਂ ਜੀ, ਤੇ ਯਾਰਾਂ ਨੂੰ ਦਿਖਾਵੇ ਬਾਣੀ ਮੌਜ ਨੀ ਚਾਹੀਦੀ, ਸ਼ੇਰ ਹੋਵੇ ਗਿੱਦੜਾਂ ਦੀ ਫੌਜ ਨੀ ਚਾਹੀਦੀ, ਯਾਰਾਂ ਨੂੰ ਦਿਖਾਵੇ ਬਾਣੀ ਮੌਜ ਨੀ ਚਾਹੀਦੀ, ਸ਼ੇਰ ਹੋਵੇ ਗਿੱਦੜਾਂ ਦੀ ਫੌਜ ਨੀ ਚਾਹੀਦੀ, ਬਿਨਾਂ ਜਿਹੜਾ ਮੇਰੇ ਦਿਲਦਾਰ ਹੋਣਾ ਚਾਹੀਦਾ, ਇੱਕੋ ਹੀ ਬਥੇਰਾ ਪਰ ਯਾਰ ਹੋਣਾ ਚਾਹੀਦਾ, ਇੱਕੋ ਹੀ ਬਥੇਰਾ ਪਰ ਯਾਰ ਹੋਣਾ ਚਾਹੀਦਾ, ਹੋਣੀ ਕਿਤੇ ਕੋਈ ਗੱਲ ਟੁੱਚੀ ਨਹੀਂ ਚਾਹੀਦੀ, ਯਾਰ ਚਾਹੀਦਾ ਉਹ ਲੰਡੀ ਬੁੱਚੀ ਨਹੀਂ ਚਾਹੀਦੀ, ਪੱਕਾ ਉਹਦੇ ਕੋਲ ਤੇ ਕਰਾਰ ਹੋਣਾ ਚਾਹੀਦਾ, ਇੱਕੋ ਹੀ ਬਥੇਰਾ ਪਰ ਯਾਰ ਹੋਣਾ ਚਾਹੀਦਾ, ਇੱਕੋ ਹੀ ਬਥੇਰਾ ਪਰ ਯਾਰ ਹੋਣਾ ਚਾਹੀਦਾ। ਕਿਆ ਬਾਤ ਹੈ, ਕਿਆ ਬਾਤ ਹੈ। ਤੇਜੀ ਸੰਧੂ ਜਿਹਨਾਂ ਦੇ ਚਿਹਰੇ ਦੇ ਉੱਤੇ ਰੌਣਕ ਔਰ ਜਿਸ ਤਰ੍ਹਾਂ ਦਾ ਗੀਤ ਉਸੇ ਤਰ੍ਹਾਂ ਦਾ ਇਹਨਾਂ ਦੇ ਵਿੱਚ ਬਿਲਕੁਲ ਹਾਵ ਭਾਵ ਆ ਜਾਂਦੇ ਔਰ ਲਾਲ ਰੰਗ ਦੀ ਡਫਲੀ ਇਹਨਾਂ ਦੇ ਕੋਲ ਹੈ, ਰੰਗ ਬੰਨ ਦਿੱਤਾ ਸਟੂਡੀਓ ਦੇ ਵਿੱਚ ਔਰ ਜਿਹਨਾਂ ਨੇ ਇਹਨਾਂ ਦੀਆਂ ਮਹਿਫਲਾਂ ਇਹਨਾਂ ਦੇ ਸ਼ੋਅਜ਼ ਦੇਖੇ ਹਨ ਉਹ ਜਾਣਦੇ ਹਨ ਕਿ ਤੇਜੀ ਸੰਧੂ ਹੁਣ ਕਿਵੇਂ ਰੌਣਕ ਲਾ ਦਿੰਦੇ ਹਨ। ਸੋ ਜੇ ਤੁਸੀਂ ਇਹੋ ਜਿਹੇ ਮਾਹੌਲ ਦੀ ਭਾਲ ਦੇ ਵਿੱਚ ਹੋ ਵੀਕਐਂਡ 'ਤੇ ਤੁਸੀਂ ਜੁਆਇਨ ਕਰ ਸਕਦੇ ਹੋ। ਇੱਕ ਵਾਰੀ ਫਿਰ ਦੱਸ ਦਿਓ ਜੀ, ਟਿਕਟਾਂ ਵਗੈਰਾ ਇਸ ਦੀਆਂ ਰੱਖੀਆਂ? ਨਹੀਂ ਜੀ, ਆਪਾਂ ਟਿਕਟ ਨਹੀਂ ਲਈ ਜੀ। ਅੱਛਾ ਜੀ। ਕਿ ਜਿਹੜੇ ਆਪਾਂ ਨੂੰ ਪਿਆਰ ਕਰਦੇ